अस्सलाम वालेकुम जी, मैं तुहाड़ा होस्ट बाबा जी और तुसी देख रहे हो पंजाबी कल्चर एंड हैरीटेज। पंजाबी कल्चर एंड हैरीटेज दे विच दरिया दे कंडे ते वसण वाले लोग जिहड़े ने पंजाब दे ओ मुख्तलिफ किस्म दे काम करदे ने। उहनां दे विचों ए सरकंडे दे बणे होए कान्हियां दे बणी होईआं चिक्कां जिहड़ीआं ने जिन्हां की सिरकियां ਕਿਹਾ ਜਾਂਦਾ ਹੈ, ਉਹ ਸਿਰਕੀਆਂ ਜਿਹੜੀਆਂ ਨੇ ਇਹ ਜੱਸੜ ਦੇ ਕੋਲ ਜਿਹੜਾ ਬਹੁਤ ਜ਼ਿਆਦਾ ਕੰਮ ਹੈ। ਅਲੀਆਬਾਦ ਔਰ ਜੱਸੜ ਦੇ ਅੰਦਰ ਤੁਸੀਂ ਅਗਰ ਦੇਖੋ ਆ ਕੇ ਤਾਂ ਤੁਹਾਨੂੰ ਬਹੁਤ ਜ਼ਿਆਦਾ ਸਾਰੇ ਲੋਕ ਜਿਹੜੇ ਨੇ ਔਰਤਾਂ ਛੇਲੀ ਕਰਦੀਆਂ ਹੋਈਆਂ ਕਾਨੇ ਦੀਆਂ ਨਜ਼ਰ ਆਉਣਗੀਆਂ ਔਰ ਮਰਦ ਜਿਹੜੇ ਨੇ ਉਹ ਕਿੰਨੀ ਸਪੀਡ ਦੇ ਨਾਲ ਜਿਹੜਾ ਉਹ ਇਹਨੂੰ ਉਹ ਸਿਰਕੀ ਨੂੰ ਬੁਣਦੇ ਨੇ। ਇਹ ਦੇਖੋ ਤੁਸੀਂ ਗੱਲ ਇਹ ਜਾਂਦੀ ਹੈ, ਜਦੋਂ ਮੈਂ ਕਹਿੰਦਾ ਵਾਂ ਕੰਮ ਪੰਜਾਬੀਆਂ ਦੇ ਕੋਈ ਕੰਮ ਐਸਾ ਨਹੀਂ ਹੈ ਕਿ ਜਿਹੜੇ ਪੰਜਾਬੀ ਨਹੀਂ ਕਰਦੇ ਨੇ। ਔਰ ਹਰ ਕੰਮ ਦੇ ਵਿੱਚ ਦੇਖੋ ਫਿਨੈਂਸ ਹੈ, ਹਰ ਕੰਮ ਦੇ ਵਿੱਚ ਮਿਹਨਤ ਹੈ ਔਰ ਹੱਥ ਦਾ ਕਰਕੇ ਖਾਣ ਦਾ ਮਜ਼ਾ ਹੀ ਕੁਛ ਹੋਰ ਹੈ। ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਔਰ ਤੁਸੀਂ ਦੇਖ ਰਹੇ ਹੋ ਪੰਜਾਬੀ ਕਲਚਰ ਐਂਡ ਹੈਰੀਟੇਜ। ਉਹ ਹੋ ਰਹੀ ਹੈ ਪਿੱਛੇ ਛੇਲੀ, ਇਹਨਾਂ ਦਾ ਕੀ ਇਸਤੇਮਾਲ ਕੀਤਾ ਜਾਂਦਾ? ਇਹਨਾਂ ਨੂੰ ਕੱਚੀਆਂ ਛੱਤਾਂ ਦੇ ਉੱਤੇ, ਭੋ ਵਾਲੇ ਅੰਦਰਾਂ ਦੇ ਉੱਤੇ, ਡੰਗਰਾਂ ਦੇ, ਪਸ਼ੂਆਂ ਵਾਲਿਆਂ ਦੇ ਅੰਦਰਾਂ ਦੇ ਉੱਤੇ ਇਹਨਾਂ ਨੂੰ ਪਾਇਆ ਜਾਂਦਾ ਔਰ ਟੈਂਪਰੇਰੀ ਜਿਹੜੀਆਂ ਛੱਤਾਂ ਨੇ ਉਹ ਉਹਦੇ ਨਾਲ ਤਿਆਰ ਕੀਤੀਆਂ ਜਾਂਦੀਆਂ ਨੇ। ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਔਰ ਇਹ ਪਿਆ ਹੋਇਆ ਰੂਲ ਜਿਹੜਾ ਤਿਆਰ ਕੀਤਾ ਹੋਇਆ। ਫਿਰ ਦੇਖਦੇ ਰਹੋ ਪੰਜਾਬੀ ਕਲਚਰ ਐਂਡ ਹੈਰੀਟੇਜ।